ਕੁਦਰਤ ਤੋਂ ਪਾਣੀ ਬਣਿਆ ਬੰਦੇ ਦੇ ਹੱਥਾਂ ਵਰਗਾ Oh my god! ਹੋ ਤੇਰੇ ਕੀ ਅਸਲਾ ਦੇ ਜੱਟ ਨੂੰ ਹੋ ਬਾਈ ਬਾਈ ਕਹਿੰਦੀ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਾਇਸ ਤੇ ਵੈਲਕਮ ਬੈਕ ਟੂ ਸਾਰਕਾਸਟਿਕ ਡੂਡਸ ਤੇ ਗਾਇਸ ਅੱਜ ਤਿੰਨੋ ਸਾਰਕਾਸਟਿਕ ਡੂਡਸ ਜਿਹੜੇ ਹੈਗੇ ਨੇ ਇਕੱਠੇ ਹੋਏ ਨੇ ਮੇ ਬੀ ਪੰਜ ਛੇ ਮਹੀਨਿਆਂ ਬਾਅਦ ਠੀਕ ਹੈ ਕਿਉਂਕਿ ਸਾਰਿਆਂ ਦਾ ਮੋਸਟਲੀ ਕੰਮ ਹੁੰਦਾ ਜੇ ਇਹਦਾ ਹੋਊਗਾ ਤਾਂ ਮੇਰਾ ਨਹੀਂ ਹੁੰਦਾ ਜੇ ਮੇਰਾ ਹੁੰਦਾ ਤਾਂ ਇਹਦਾ ਨਹੀਂ ਹੁੰਦਾ ਨਾ ਮਤਲਬ ਕਿ ਇਕੱਠੇ ਨਹੀਂ ਹੋ ਪਾਉਂਦੇ ਸੀਗੇ ਬਟ ਬਹੁਤ ਚਿਰਾਂ ਬਾਅਦ ਫਾਈਨਲੀ ਇਕੱਠੇ ਹੋਏ ਹਾਂ ਅਤੇ ਅੱਜ ਇੱਕ ਬਹੁਤ ਸੋਹਣੀ ਜਗ੍ਹਾ ਦੇ ਉੱਤੇ ਆਏ ਹਾਂ ਵੀ ਜੀ ਥੋੜ੍ਹਾ ਜਿਹਾ ਜਗ੍ਹਾ ਦੇ ਬਾਰੇ ਦੱਸੋ ਕਿਉਂਕਿ ਇਹ ਸਾਡੇ ਲੋਕੇਸ਼ਨ ਬੰਦੇ ਹੈਗੇ ਨੇ ਜਿਹੜੇ ਨੈਵੀਗੇਸ਼ਨ ਦਿੰਦੇ ਨੇ ਹਾਲਟਨ ਹਿਲਸ ਜੋਰਜ ਟਾਊਨ 'ਚ ਲੋਕੇਸ਼ਨ ਬਹੁਤ ਵਧੀਆ ਇੱਥੇ ਗਾਂ ਜਾ ਕੇ ਥੋੜ੍ਹੇ ਜਿਹੇ ਹਿਲਸ ਜੀਆਂ ਵੀ ਆਉਂਦੀਆਂ ਟਰੈਕਿੰਗ ਕਰਨ ਵਾਸਤੇ ਬਹੁਤ ਵਧੀਆ ਬਣਿਆ ਹੋਇਆ ਤੇ ਲੋਕੇਸ਼ਨ ਵਿੱਚ ਪਾ ਦੇਣੀ ਬਹੁਤ ਵਧੀਆ ਰਹੇਗਾ ਹਾਂਜੀ ਮਤਲਬ ਕਿਸੇ ਆਉਣਾ ਹੋਵੇ ਟ੍ਰੈਫਿਕ ਬਿਲਕੁਲ ਨਹੀਂ ਹੁੰਦਾ ਆਪਣਾ ਮਜ਼ਾ ਜੇ ਦਿਨ ਸਪੈਂਡ ਕਰਨਾ ਬਹੁਤ ਵਧੀਆ ਆ ਦਰਸ਼ਕਾਂ ਨੂੰ ਵਿਊ ਦਿਖਾਓ ਥੋੜ੍ਹਾ ਜਿਹਾ ਲੋ ਗਾਇਸ ਚੈੱਕ ਕਰੋ ਲੋ ਗਾਇਸ ਚੈੱਕ ਕਰੋ ਜੀ ਵੈਦਰ ਏਡਾ ਘੈਂਟ ਵੈਦਰ ਆਪਾਂ ਫੈਮਿਲੀ ਨਾਲ ਵੀ ਆ ਸਕਦੇ ਜੇ ਕਿਸੇ ਨੂੰ ਫਿਸ਼ਿੰਗ ਪਸੰਦ ਆ ਮੇਰੇ ਆਪਾਂ ਵੀ ਇੱਥੇ ਕਰ ਸਕਦੇ ਹੈਗੇ ਹਾਂ ਬਹੁਤ ਡਿਫਰੈਂਟ ਡਿਫਰੈਂਟ ਟਾਈਪ ਦੀ ਫਿਸ਼ਿਜ਼ ਅਵੇਲੇਬਲ ਨੇ ਜੇ ਕਿਸੇ ਨੂੰ ਪਸੰਦ ਹੈਗੀਆਂ ਤਾਂ ਉਹ ਕਰ ਸਕਦਾ ਹੈ ਨਾ ਅਤੇ ਆ ਪੜ੍ਹ ਕੇ ਮਤਲਬ ਕਿ ਫਾਈਨ ਹੋ ਇਹਨਾਂ ਲਵਾ ਲਿਓ ਬਾਕੀ ਦੇਖੋ ਗਾਇਸ ਚਲੋ ਬਾਈ ਮੋਟਾ ਬਾਈ ਇੱਕ ਵਾਹ ਵਾਹ ਮੋਟੇ ਦੀ ਵਾਰੀ ਆ ਗਾਇਸ ਆ ਜੀ ਖੁਦ ਆਏ ਨੇ ਗੇਮ 'ਚ ਆ ਦੋ ਚਲੋ ਹਾਂ ਚੱਲ ਚੱਲ ਚਲੀਏ ਓ ਮਾਈ ਗੋਡ ਪੱਥਰ ਦੀ ਸਿਲੈਕਸ਼ਨ ਕਰਕੇ ਵਾਹ ਬਾਈ ਵਾਹ ਬੁਲੇ ਬੜਾ ਨਜ਼ਾਰਾ ਗਾਈ ਪੂਰਾ ਪੂਰਾ ਹੁਣ ਮੈਂ ਸੋਚ ਰਿਹਾ ਕਿ ਪੈਰ ਪੂਰ ਧੋ ਲਵਾਂ ਕਿਉਂਕਿ ਬਹੁਤ ਜ਼ਿਆਦਾ ਨਜ਼ਾਰਾ ਆ ਰਿਹਾ ਦੇਖ ਕੇ ਅਤੇ ਹੁਣ ਮੈਂ ਚੱਪਲਾਂ ਪਾਉਣ ਲੱਗਾ ਹਾਂ ਅਤੇ ਮਾੜਾ ਵੀ ਭਾਈ ਤੁਹਾਨੂੰ ਉੱਪਰ ਲੈ ਕੇ ਜਾਣ ਕੇ ਦਿਖਾਓ ਵੀ ਭਾਈ ਜਾਂਦੀ ਹੁਣ ਚਾਬੀ ਦੋ ਗੱਡੀ ਦੀ ਆ ਗੰਦੇ ਨਾਲੇ ਦਾ ਪਾਣੀ ਹੈ
ਲੈ ਕੇ ਜਾਣੀ ਉੱਥੋਂ ਚੱਕੀ ਇੰਡੀਆ ਦੇ ਡਾਈਮੈਂਸ਼ਨ ਆਡਾ ਇੱਥੇ ਆਡਾ ਇੱਥੇ ਗੱਡੀ ਦੀ ਛੋਟੀ ਲੱਗਣ ਆ ਜਾਣੀ ਆਪਾਂ ਰੇਂਜ ਰੋਵਰ ਤਾਂ ਵੱਖਰੀ ਗੱਲ ਆ ਲੋ ਗਾਇਸ ਚਲਦੇ ਚਲਦੇ ਰਾਵਾਂ 'ਚ ਭਟਕਦੇ ਰਾਵਾਂ 'ਚ ਅਸੀਂ ਅੱਜ ਸਿਲਵਰ ਕ੍ਰੀਕ ਕੰਜ਼ਰਵੇਸ਼ਨ ਏਰੀਆ ਦੇ ਵਿੱਚ ਆ ਗਏ ਹਾਂ ਸਾਡੇ ਨਾਲ ਸਾਡੇ ਦੋ ਵੀਰ ਇਕੱਠੇ ਜੁੜੇ ਹੋਏ ਨੇ ਯੁਵਰਾਜ ਭਾਅ ਜੀ ਨੇ ਅਤੇ ਨਾਲ ਦੇ ਓਨਕਾਰ ਸਰ ਅਤੇ ਇਹ ਏਰੀਆ ਗਾਇਸ ਜਿਹੜਾ ਹੈਗਾ ਆ ਇਹ ਥੋੜ੍ਹਾ ਜਿਹਾ ਜਿੱਥੇ ਆਪਾਂ ਪਹਿਲਾਂ ਗਏ ਸੀਗੇ ਉੱਥੋਂ ਥੋੜ੍ਹਾ ਜਿਹਾ ਦੂਰ ਹੈਗਾ ਆ ਇਹ ਤੁਹਾਨੂੰ ਮੈਂ ਫੋਟੋ ਦਿਖਾ ਦਿੰਦਾ ਅਤੇ ਤੁਸੀਂ ਇਹ ਸਰਚ ਕਰ ਲਿਓ ਅਤੇ ਆਹ ਦੇਖ ਲਓ ਜੀ ਸਿਲਵਰ ਕ੍ਰੀਕ ਕੰਜ਼ਰਵੇਸ਼ਨ ਏਰੀਆ ਇੱਧਰ ਆ ਜਾਓ ਗਾਇਸ ਬਹੁਤ ਸੋਹਣੀ ਵੀਡੀਓ ਆ ਰਹੀ ਹੈ ਇੱਥੇ ਅੱਗ ਬਣਾਉਂਦੇ ਹਾਂ ਅਤੇ ਗਾਇਸ ਹੁਣ ਯੂਵੀ ਭਾਅ ਜੀ ਦੱਸਣਗੇ ਤੁਹਾਨੂੰ ਕਿ ਅੱਗੇ ਹੈਗਾ ਕਿ ਮੈਂ ਪਹਿਲੀ ਵਾਰ ਆਇਆ ਯੂਵੀ ਭਾਅ ਲੈ ਕੇ ਆਇਆ ਆਪ ਅੱਛਾ ਪਹਿਲੀ ਵਾਰ ਸੇ ਗਾਇਸ ਆਪਾਂ ਇੱਦਾਂ ਕਰਦੇ ਫਿਰ ਆਪਾਂ ਇਕੱਠੇ ਹੀ ਜਿਹੜੇ ਹੈਗੇ ਨਾ ਤਿੰਨ ਚਾਰ ਜਾਣੇ ਤਿੰਨੋਂ ਜਾਣੇ ਆਪਾਂ ਚੱਲਦੇ ਹਾਂ ਨਜ਼ਾਰੇ ਲੈਂਦੇ ਹਾਂ ਪੂਰੇ ਠੀਕ ਹੈ ਬਾਲਾ ਹੀ ਘੈਂਟ ਸਾਹਿਬ ਤਾਂ ਵਿਆ ਪੂਰਾ ਇੰਡੀਆ ਵਾਲਾ ਫੀਲ ਆਉਂਦਾ ਆਪਾਂ ਪਿੰਡਾਂ ਦੇ ਬਾਬਾ ਲਗਨਾ ਨਹੀਂ ਜਾਂਦੇ ਜੇ ਕੋਈ ਗਿਆ ਹੋਵੇ ਤੁਹਾਨੂੰ ਪਤਾ ਹੋਣਾ ਪੂਰੀ ਉੱਦਾਂ ਦੀ ਫੀਲ ਆ ਰਹੀ ਹੈ ਇਸ ਟਾਈਮ ਦੇਖੋ ਗਾਇਸ ਇੱਧਰ ਵੀ ਹਰਾ ਬਾਲਾ ਹੀ ਘੈਂਟ ਹੈ ਤਰੀਟਾਂ ਲੱਗ ਜਦਰ ਵੀ ਬਣਾਇਆ ਹੋਇਆ ਹੁੰਦਾ ਅੱਜ ਆਪਾਂ ਮੋਟੇ ਨੂੰ ਪਤਲਾ ਕਰਕੇ ਲੈ ਕੇ ਜਾਣਾ ਘਰੇ ਪੂਰਾ ਦੇਖੋ ਇਸ ਟਾਈਮ ਜਿਹੜੀ ਕੰਡੀਸ਼ਨ ਹੈਗੀ ਪਿੱਛੋਂ ਦੀ ਤੁਸੀਂ ਦੇਖ ਸਕਦੇ ਹੋ ਓਹੋ ਸੋ ਫਾਈਨਲੀ ਗਾਇਸ 15-20 ਮਿੰਟ ਦੀ ਮਿਹਨਤ ਤੋਂ ਬਾਅਦ ਸਾਹ ਸਹੀ ਹੋਏ ਆ ਪਰ ਜਿਹੜੇ ਵਿਊ ਪੁਆਇੰਟ 'ਤੇ ਆਪਾਂ ਪਹੁੰਚੇ ਹਾਂ ਨਾ ਗਾਇਸ ਲੁੱਕ ਐਟ ਦ ਬਿਊਟੀ ਬਾਲੀ ਘੈਂਟ ਤਾਂ ਘਰਦਿਆਂ ਨੇ ਗੱਲਾਂ ਕੱਢੀਆਂ ਭਰਾਵਾ ਅਤੇ ਗਾਇਸ ਬਾਲੇ ਮਜ਼ੇ ਤੁਹਾਨੂੰ ਇੱਕ ਵਾਰੀ ਮੈਂ ਦੂਜੇ ਪਿਛਲੇ ਕੈਮਰੇ 'ਚੋਂ ਦਿਖਾਉਂਦਾ ਇਹਦਾ ਹਾਂਜੀ ਗਾਇਸ ਕਿਵੇਂ ਦੀ ਆ ਰਹੀ ਫੀਲ ਚੜ ਗਿਆ ਐਨ ਪ੍ਰੋਪਰ ਐਕਸਰਸਾਈਜ਼ ਹੈ ਬੰਦੇ ਨੇ ਕਹਿੰਦੇ ਟ੍ਰੈਕਿੰਗ ਕਰਨੀ ਨਾ ਪ੍ਰੋਪਰ ਬਹੁਤ ਵਧੀਆ ਟ੍ਰੈਕ ਹੈ ਤੂੰ ਇਕੋ ਤੈਨੂੰ ਇਹ ਸੰਦੇ ਮਣੇ ਮਣੇ ਕਿੱਥੇ ਪੜਾ ਪੜਾ ਕੇ ਸ਼ੁਰੂ ਸ਼ੁਰੂ ਕਰਨਾ ਇਸ਼ਕ ਦੇ ਹੋ ਗਿਆ ਲੱਗਦਾ ਹੈ ਚੈਨ ਸਾਡਾ ਹੋ ਗਿਆ ਪਹਿਲੀ ਤਕਨੀਕ ਵਿੱਚ ਦਿਲ ਸਾਡਾ ਛੋ ਗਿਆ ਲੱਗਦਾ ਹੈ ਠੀਕ ਹੈ ਆਪਣਾ ਕਰ ਦੇ ਵਿੱਚ ਕੋਈ ਚੱਲ ਉਹ ਨਾ ਵੀਡੀਓ ਇੱਕ ਨਾਲ ਕਹਿੰਦਾ ਮੈਂ ਕਹਿੰਦਾ ਇਸ਼ਕ ਦੇ ਹੋ ਗਿਆ ਲੱਗਦਾ ਚਲੋ ਚਲੋ ਵੀ ਤੂੰ ਸ਼ੁਰੂ ਕਰ ਲੈ ਤੂੰ ਕਰ ਸ਼ੁਰੂ ਸਕੇਪ ਵਾਲਾ ਸੈਟ ਦੇਖਣਾ ਮੈਂ ਕਰ ਚਲਾ ਹਾਂ ਇਸ਼ਕ ਦੇ ਹੋ ਗਿਆ ਲੱਗਦਾ ਏ ਚੈਨ ਸਾਡਾ ਖੋ ਗਿਆ ਲੱਗਦਾ ਏ ਪਹਿਲੀ ਤੱਕਣੀ ਦੇ ਵਿੱਚ ਕੋਈ ਦਿਲ ਸਾਡਾ ਛੋ ਗਿਆ ਲਾ ਸਕੇਲ ਇਸ ਸੈਟ ਆ ਰਿਹਾ ਫਿਰ ਹਾਂ ਸਕੇਲ ਠੀਕ ਹੈ ਉਹ ਵਾਲਾ ਹਾਂ ਠੀਕ ਚਲੇ ਮੋਟੇ ਉਹ ਠੀਕ ਆ ਰਿਹਾ ਮੈਂ ਹਾਂ ਹਾਂ ਠੀਕ ਹੈ ਬਾਕੀ ਗੱਲ ਓਕੇ ਚਲਾ ਇਸ਼ਕ ਜਿਹਾ ਹੋ ਗਿਆ ਲੱਗਦਾ ਏ ਚੈਨ ਸਾਡਾ ਖੋ ਗਿਆ ਲੱਗਦਾ ਏ ਪਹਿਲੀ ਤੱਕਣੀ ਦੇ ਵਿੱਚ ਕੋਈ ਦਿਲ ਸਾਡਾ ਛੋ ਗਿਆ ਲੱਗਦਾ ਏ ਪਹਿਲੀ ਤੱਕਣੀ ਦੇ ਵਿੱਚ ਕੋਈ ਦਿਲ ਸਾਡਾ ਛੋ ਗਿਆ ਲੱਗਦਾ ਏ ਇਸ਼ਕ ਜਿਹਾ ਹੋ ਗਿਆ ਲੱਗਦਾ ਏ ਪਤਲਾ ਫਸ ਜਾਂਦਾ ਵਿਚਾਰਾ ਲੋਕ ਟ੍ਰੈਕਿੰਗ ਕਰਨ ਦਾ ਬਹੁਤ ਮਜ਼ਾ ਆ ਰਿਹਾ ਯਾਰ ਆਹ ਦੇਖੋ ਵਿਊਜ਼ ਦੇਖੋ ਯਾਰ ਆਹ ਦੇਖੋ ਗਾਇਸ ਬੜਾ ਨਜ਼ਾਰਾ ਆ ਰਿਹਾ ਮੈਂ ਪਹਿਲੀ ਵਾਰੀ ਗੱਡੀ ਦੇ ਬਾਹਰ ਨਿਕਲਿਆ ਜੀਓ ਭਾਈ ਗੱਡੀ ਚਲਾ ਰਹੇ ਨੇ ਤੇ ਤੁਸੀਂ ਦੇਖੋ ਨਜ਼ਾਰੇ ਦੇਖੋ ਦੁਨੀਆ ਦੇ ਮਾਲਕੋ ਨਜ਼ਾਰੇ ਲੈਣ ਆਏ ਆ ਕੀ ਕਹਿੰਦੇ ਹੁੰਦੇ ਵੀਰ ਜੀ ਆਨੰਦ ਲੈਣ ਆਏ ਆ ਵੀਰ ਜੀ ਆਨੰਦ ਲੈਣ ਆਏ ਆ ਤੇ ਤੁਹਾਨੂੰ ਪਤਾ ਹੀ ਤੁਹਾਡਾ ਵੀਰ ਸੋਹਣਾ ਲੱਗ ਰਿਹਾ ਹੈਗਾ ਹੈਲੋ ਮਾਰਾ ਮਜ਼ਾ ਬੜਾ ਆ ਰਿਹਾ ਜੇ ਉਹ ਤੇਰੇ 21 ਸਾਲਾਂ ਦੇ ਜੱਟ ਨੂੰ ਉਹ ਬਾਈ ਬਾਈ ਕਹਿੰਦੀ ਦੁਨੀਆ
ਥੋੜਾ ਸਲੋ ਚਲਾ ਲਾ ਗੱਡੀ ਗਾਣਾ ਨਹੀਂ ਸੁਣਨ ਡਿਆ ਆਣਾ ਨੂੰ ਜਨਤਾ ਨੂੰ ਹੋ ਜਿਹੜੇ ਰੰਨਾ ਦੇ ਸੀ ਲੱਕ ਮੇਣੀ ਦੇ ਨੀ ਮੈਂ ਅਸਲੇ ਤੇ ਗਾਉਣ ਲਾਤੇ ਨੀ ਹੋ ਤੇਰੇ ਬੰਬੇ ਬੁੰਬੇ ਵਾਲੇ ਮਿੱਠੀਏ ਨੀ ਮੈਂ ਮੂਸੇ ਪਿੰਡ ਆਉਣ ਲਾਤੇ ਨੀ ਓਏ ਅਣਖੀਆ ਗੀਤ ਜੱਟ ਦੇ ਸਿਰਾਂ ਤੋਂ ਨਾ ਲਾਉਂਦੇ ਚੁੰਨੀਆਂ ਹੋ ਤੇਰੇ ਇੱਕੀ ਅਸਲਾਂ ਦੇ ਜੱਟ ਨੂੰ ਹੋ ਬਾਈ ਬਾਈ ਕਹਿੰਦੀ ਦੁਨੀਆਂ ਬਹੁਤ ਸੋਹਣਾ ਜਿਹੜਾ ਦਿਨ ਗਿਆ ਇਹਦਾ ਤੇ ਆ ਕੇ ਜਾਂਦਾ ਹੀ ਆਪਾਂ ਜਨਤਾ ਸੋ ਗਈ ਸਾਰੀ ਤੇ ਮੈਂ ਕਿਹਾ ਵੀਡੀਓ ਤਾਂ ਜਿਹੜਾ ਹੈਗਾ ਆਪਾਂ ਐਡ ਕਰ ਦਈਏ ਤੇ ਗਾਈਸ ਥੈਂਕ ਯੂ ਸੋ ਮੱਚ ਫੋਰ ਵਾਚਿੰਗ ਦ ਵੀਡੀਓ ਹੋਪ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਤੇ ਬਾਕੀ ਵਾਜ਼ ਅ ਵੰਡਰਫੁਲ ਡੇ ਤੇ ਸੀ ਯੂ ਇਨ ਦ ਨੈਕਸਟ ਵਲੌਗ ਗਾਈਸ ਥੈਂਕ ਯੂ